ਹੌਸਲਾ ਦੇਣ ਵਾਲੀ ਏ ਤੇਰੇ ਮੈਂ ਕੁਰਬਾਨ ਜਾਵਾ ਏ ਉਹ ਤੂੰ ਨਾ ਸਾੜ ਉਹ ਜਿਹੜੇ ਤੈਨੂੰ ਤੜਫਾ ਪਏ ਆ ਨਾ ਵੀ ਟਿਕਟ ਮੈਂ ਲਈ ਮੌਜਾਂ ਕੱਦੂ ਲੈਣ ਦੇ ਆ ਸੁਣੇ ਇੱਥੇ ਪਹੁੰਚਣ ਲਈ ਕੰਜਰ ਆਉਣਾ ਪਾਉਂਦਾ ਇਹ ਤਾਂ ਬੜਾ ਠਰਕੀ ਇਹਦੇ ਕੋਲ ਬਚਣਾ ਇਹਨੂੰ ਤੇ ਇਹਦੀ ਮਾਂ ਨੇ ਕਿਹਾ ਉਦੋਂ ਘਰ ਆਇਆ ਕਰ ਜਦੋਂ ਤੇਰਾ ਪਿਓ ਹੋਵੇ ਇਹ ਹਮਾਰਾ ਮਾਮੂ ਹੈ ਓ ਨਈਆ ਪਠਾਨ ਨੂੰ ਭੈਣ ਦਿੱਤੀ ਆ ਸਾਨੂੰ ਵੀ ਦੇ ਤੂੰ ਇਮਰਾਨ ਖਾਨ ਨੂੰ ਦੇ ਤੇ ਯੂਪੀਐਸ ਲੈ ਅਗਰ ਤੈਨੂੰ ਸੁਰ ਦੀ ਸਮਝ ਨਹੀਂ ਨਾ ਲੱਗਦੀ ਤੇ ਕਿੰਜ ਦਾ ਹੋਏਗਾ ਮੇਰੇ ਵੱਲ ਵੇਖ ਓਏ ਵੋ ਤੂੰ ਮੈਂ ਜਿਸ ਪੇ ਛਾਪਰ ਚੜਤਾ ਹੈ ਓਏ ਉਧਰ ਦਫਾ ਉਧਰ ਦਫਾ ਮੇਰੇ ਦਾਦੇ ਨੇ 70 ਬੰਦਾ ਮਾਰਿਆ ਸੀ ਨਾ ਕਰੋ ਬਸ ਚਲਾਉਂਦਾ ਸੀ ਨਹਿਰ ਸੁੱਟ ਦਿੱਤੀ ਸੀ ਨਾ 70 ਬੰਦਾ ਮਾਰਿਆ ਹਾਂਜੀ ਪੁਲਿਸ ਵਾਲਿਆਂ ਨੇ ਫੜ ਲਿਆ ਡਰਾਈਵਰ ਸੀ ਬਸ ਦੇ ਦੋ ਮਾਲਕ ਸਨ ਉਹਨਾਂ ਨੂੰ ਵੀ ਫੜ ਲਿਆ ਅਦਾਲਤ ਲੈ ਕੇ ਆਏ ਜੱਜ ਸਾਹਿਬ ਨੇ ਆਰਡਰ ਤਿੰਨਾਂ ਨੂੰ ਫਾਂਸੀ ਦੇ ਦਿੱਤੀ ਫਾਂਸੀ ਦੇਣ ਲਈ ਲੈ ਕੇ ਗਏ ਨੇ ਪਹਿਲੇ ਉਹਨਾਂ ਨੇ ਬਸ ਦੇ ਮਾਲਕ ਨੂੰ ਬੁਲਾਇਆ ਰੱਸਾ ਪਾਇਆ ਲੱਗਿਆ ਆਖਰੀ ਖਾਹਿਸ਼ ਦੱਸ ਤੂੰ ਮਰਨ ਲੱਗਾ ਕਹਿੰਦਾ ਮੇਰੀਆਂ 5 ਬੱਸਾਂ ਨੇ ਵੇਚ ਕੇ ਗਰੀਬਾਂ 'ਚ ਵੰਡ ਦਿਓ ਇੰਜ ਨੂੰ ਮਾਲ ਕੀਤਾ ਫਾਂਸੀ ਦੇਣ ਵਾਸਤੇ ਥੱਲਿਓ ਫੱਟਾ ਹੀ ਨਹੀਂ ਖੁੱਲਿਆ ਕੀ ਮੁਕੱਦਰ ਨੇ ਉਹਨੇ ਕਿਹਾ ਜਾ ਤੂੰ ਤਾਂ ਬੜਾ ਲੱਕੀ ਹੈ ਦੂਸਰੇ ਮਾਲਕ ਨੂੰ ਬੁਲਾਇਆ ਲੱਸਾ ਉਹਨੇ ਕਿਹਾ ਆਪ ਹੀ ਉਹਨੇ ਕਿਹਾ ਮੇਰੀ ਬੱਸ ਵੇਚ ਕੇ ਗਰੀਬਾਂ 'ਚ ਵੰਡ ਦਿਓ ਰੁਮਾਲ ਕੀਤਾ ਥੱਲਿਓ ਫੱਟਾ ਹੀ ਨਹੀਂ ਖੁੱਲਿਆ ਅਖੀਰ ਆਏ ਫਿਰ ਮੇਰੇ ਦਾਦੇ ਦੀ ਵਾਰੀ ਰੱਸਾ ਪਾਇਆ ਉਹਨੇ ਕਿਹਾ ਆਖਰੀ ਖਾਹਿਸ਼ ਦੱਸ ਉਹਨੇ ਕਿਹਾ 1000 ਰੁਪਇਆ ਮੇਰੇ ਕੋਲ ਲਵੋ ਪਹਿਲੇ ਆਪਣਾ ਫੱਟਾ ਠੀਕ ਕਰਾਓ ਮੇਰੀ ਵਾਰੀ ਫੜ ਕੇ ਸਾਰਾ ਦਿਨ ਸਾਰਾ